ਹੈਲੋ ਬੱਚੋ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਮੈਂ ਗੁਰਪ੍ਰੀਤ ਅੱਜ ਫੇਰ ਇੱਕ ਵੀਡੀਓ ਲੈ ਕੇ ਆਇਆ ਹਾਂ ਪੜ੍ਹਾਈ ਦੇ ਰਿਲੇਟਡ ਮੇਰੀਆਂ ਪੁਰਾਣੀਆਂ ਵੀਡੀਓਜ਼ ਤੁਸੀਂ ਦੇਖ ਚੁੱਕੇ ਹੋ ਉਹਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਸਮਝਾਇਆ ਹੋਇਆ ਅਪਲੋਡ ਕਿਵੇਂ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਕਿਵੇਂ ਪੇਪਰ ਐਗਜ਼ਾਮ ਨੂੰ ਡਾਊਨਲੋਡ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਮੈਂ ਸਮਝਾ ਚੁੱਕਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਮਝਾਵਾਂਗਾ ਕਿ ਪੀਡੀਐਫ ਕਿਵੇਂ ਬਣਾਈਦੀ ਹੈ ਸੋ ਪੀਡੀਐਫ ਬਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਵਾਂ ਕਿ ਤੁਸੀਂ ਜਿਹੜਾ ਪੇਜ ਤੇ ਤੁਹਾਨੂੰ ਵੀਡੀਓਜ਼ ਆ ਰਹੀਆਂ ਨੇ ਉਸ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਈ ਐਚ ਐਮ ਗੁਰੂ ਨੂੰ ਤਾਂ ਜੋ ਔਨ ਵਾਲੇ ਵਕਤ ਵਿੱਚ ਜਿਹੜੀਆਂ ਵੀਡੀਓਜ਼ ਮੈਂ ਪਾਵਾਂ ਉਹ ਤੁਹਾਨੂੰ ਸਾਰੀਆਂ ਸ਼ੋ ਹੋ ਸਕਣ ਜਿਹਦੇ ਵਿੱਚ ਐਜੂਕੇਸ਼ਨ ਦੇ ਰਿਲੇਟਡ ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲਣਗੀਆਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਕਿਵੇਂ ਪੀਡੀਐਫ ਬਣਾਉਣੀ ਹੈ ਸਭ ਤੋਂ ਪਹਿਲਾਂ ਪਲੇ ਸਟੋਰ ਤੇ ਜਾਵਾਂਗੇ ਅਸੀਂ ਡਾਕ ਸਕੈਨਰ ਐਪ ਸਰਚ ਕਰਾਂਗੇ ਡਾਕ ਸਕੈਨਰ ਜਦੋਂ ਐਪ ਸਰਚ ਕਰੋਗੇ ਆ ਡਾਕੂਮੈਂਟ ਸਕੈਨਰ ਆ ਜਾਊਗਾ ਇਸ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਓਪਨ ਕਰਨਾ ਹੈ ਇਸ ਤਰ੍ਹਾਂ ਦਾ ਜਿਹੜੇ ਸਕਰੀਨ ਤੁਹਾਡੇ ਸਾਹਮਣੇ ਖੁੱਲ ਜਾਵੇਗੀ ਉਸ ਤੋਂ ਬਾਅਦ ਤੁਹਾਨੂੰ ਦੋ ਆਪਸ਼ਨ ਸ਼ੁਰੂ ਦੇਖ ਰਹੇ ਹੋਵੋਗੇ ਇੱਕ ਫੋਟੋਜ਼ ਵਾਲਾ ਤੇ ਇੱਕ ਕੈਮਰੇ ਵਾਲਾ ਕੈਮਰੇ ਤੇ ਕਲਿੱਕ ਕਰੋਗੇ ਆ ਦੇਖੋ ਸਪੋਜ਼ ਕਰੋ ਇਹ ਤੁਹਾਡੇ ਕੁਐਸਚਨ ਪੇਪਰ ਦੀਆਂ ਸੀਟਸ ਨੇ ਫੋਟੋਜ਼ ਖਿੱਚਣੀਆਂ ਨੇ ਆ ਦੇਖੋ ਪਹਿਲੀ ਫੋਟੋ ਖਿੱਚੀ ਠੀਕ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਵਾਈਬ੍ਰੇਟ ਤੇ ਕਲਿੱਕ ਕਰਕੇ ਆਪਾਂ origignal ਤੇ ਲਾ ਦੇਣਾ ਸਾਨੂੰ ਕਿਉਂਕਿ origignal ਚਾਹੀਦੀ ਆ ਆਪਾਂ origignal ਹੀ ਜਿਹੜੀਆਂ ਭੇਜਣੀਆਂ ਨੇ ਜਿਹੜੀਆਂ ਫੋਟੋਜ਼ ਵਗੈਰੇ ਆ ਬਲੈਕ ਐਂਡ ਵਾਈਟ ਉਹ ਵਾਈਬ੍ਰੇਟ ਵਾਲਾ ਨਹੀਂ ਭੇਜਣਾ ਹੈਗਾ ਆ ਦੇਖੋ origignal ਕੰਟੀਨਿਊ ਦੂਜਾ ਪੇਜ ਕਿਵੇਂ origignal ਕਰਨਾ ਫੇਮ ਇੱਕ ਵਾਰ ਮੈਂ ਦੱਸ ਦਾਂ ਜਿੱਦੇ ਫੋਟੋ ਖਿੱਚਦੇ ਹਾਂ ਥੱਲੇ ਦੇਖੋ ਕਰੰਟ ਫਿਲਟਰ ਹੁੰਦਾ ਆ ਕਰੰਟ ਫਿਲਟਰ ਦੇ ਵਿੱਚ origignal ਸਿਲੈਕਟ ਕਰਕੇ ਟਿਕ ਮਾਰ ਦੇਣਾ ਅਸਪੋਇ ਕਰੋ ਕਿ ਮੈਂ ਕਿੰਨੀਆਂ ਬੜੀਆਂ ਫੋਟੋਆਂ ਖਿੱਚ ਰਿਹਾ ਮੇ ਕੋਈ ਇੱਕ ਹੀ ਪੇਜ ਆ ਤੁਹਾਡੇ ਕਿੰਨੇ ਪੇਜ ਹੋਣੇ ਆ ਜਿਹੜੇ ਤੁਹਾਡੀ ਫਾਈਲ ਦੇ ਹੋਣੇ ਹਨ ਜਿਹੜੇ ਤੁਸੀਂ ਕੁਐਸਚਨ ਪੇਪਰ ਨੂੰ ਲਾਈਨ ਵਾਈਜ਼ ਸੀਰੀਅਲ ਵਾਈਜ਼ ਜਿਹੜੀਆਂ ਫੋਟੋਆਂ ਤੁਸੀਂ ਖਿੱਚਣੀਆਂ ਆ ਮੈਂ 7-8 ਫੋਟੋਆਂ ਖਿੱਚ ਲੈਣਾ ਠੀਕ ਹੈ ਜੀ ਪੇਜ ਦਾ ਸੈਟਅਪ ਆ ਹੁੰਦਾ ਇੱਥੋਂ ਆ ਕਰ ਲੈਣਾ ਸੈਟਅਪ ਕਿ ਪੇਜ ਦਾ ਬਿਲਕੁਲ ਸਹੀ ਸੈਟਅਪ ਆਵੇ ਅੱਖਰ ਜਿਹੜੇ ਲੱਭ ਰਹੇ ਹੋਣ ਲੋ ਜੀ 8 ਫੋਟੋ ਮੈਂ ਖਿੱਚ ਲੀਆਂ ਨੇ 7 ਫੋਟੋਜ਼ ਮੈਂ ਖਿੱਚ ਲੀਆਂ ਨੇ ਆ ਦੇਖੋ ਫੋਟੋਜ਼ ਆ ਚੁੱਕੀਆਂ ਨੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਸੇਵ ਕਰਨਾ ਹੈ ਇਹ ਜਿਹੜੀ ਪੀਡੀਐਫ ਆ ਨੂੰ ਅਸੀਂ ਸੇਵ ਕਰਨ ਦੇ ਲਈ ਸੇਵ ਤੇ ਆ ਦੇਖੋ ਮੈਂ ਕਲਿੱਕ ਕੀਤਾ ਸੇਵ ਇੰਟਾਇਰ ਡਾਕੂਮੈਂਟ ਤੇ ਕਲਿੱਕ ਕੀਤਾ ਆ ਪੀਡੀਐਫ ਤੇ ਕਲਿੱਕ ਕੀਤਾ ਉੱਥੋਂ ਥੱਲੇ ਨਾ ਆ ਦੇਖੋ ਕੰਪਰੈਸ ਨਾਓ ਦੀ ਆਪਸ਼ਨ ਆ ਰਹੀ ਹੈ ਕਿ ਤੁਹਾਡੀ ਫਾਈਲ ਵੱਡੀ ਹੁੰਦੀ ਹੈ ਨਾ ਜਿਵੇਂ 5MB ਤੋਂ ਉੱਪਰ ਦੀ ਬਣੀ ਆ ਫਿਰ ਤੁਸੀਂ ਕੀ ਕਰਨਾ ਹੈ ਕੰਪਰੈਸ ਨਾਓ ਤੇ ਕਲਿੱਕ ਕਰਕੇ ਲੋ ਤੇ ਕਰ ਦੇਣਾ ਕੁਝ ਨਹੀਂ ਹੁੰਦਾ ਲੋ ਤੇ ਕਰਨ ਦੇ ਨਾਲ ਨਾ ਉਹਦਾ ਕੋਈ ਨਹੀਂ ਘਟੂਗਾ ਕਿ ਉਹਦਾ ਜਿਹੜੀ ਕਲੈਰਿਟੀ ਘਟ ਜੂਗੀ ਫਲਾਨਾ ਢਿੰਗੜਾ ਇਦਾਂ ਦਾ ਕੱਖ ਨਹੀਂ ਹੁੰਦਾ ਹੈਗਾ ਠੀਕ ਹੈ ਹਲਕਾ ਹਲਕਾ ਤੁਸੀਂ ਗੁੱਡ ਤੇ ਵੀ ਰੱਖ ਸਕਦੇ ਹੋ ਵੈਸੇ ਕਲੈਰਿਟੀ ਜ਼ਿਆਦਾ ਘਟਦੀ ਨਹੀਂ ਹੈਗੀ ਠੀਕ ਹੈ ਗੁੱਡ ਤੇ ਕਰ ਸਕਦੇ ਹੋ ਆ ਦੇਖੋ ਕਿਉਂਕਿ ਮੈਨੂੰ ਚਾਹੀਦੀ ਆ ਫਾਈਲ 4MB ਤੋਂ ਘਟਦੀ ਤੇ ਮੇਰੀ ਜਿਹੜੀ ਆ ਘਟ ਹੀ ਆ 2MB ਤੇ ਆ ਦੇਖੋ ਠੀਕ ਹੈ ਗੁੱਡ ਤੱਕ ਲੈ ਗਏ 1.43MB ਦੀ ਬਣ ਗਈ ਉਸ ਤੋਂ ਬਾਅਦ ਤੁਸੀਂ ਸੇਵ ਤੇ ਕਲਿੱਕ ਕਰੋਗੇ ਫਿਰ ਉਸ ਤੋਂ ਬਾਅਦ ਆ ਦੇਖੋ ਥੱਲੇ ਇੰਟਰਨਲ ਸਟੋਰੇਜ ਦੀ অপਸ਼ਨ ਆ ਰਹੀ ਆ ਉੱਪਰ PDF సేవ్ యాజ్ PDF ਕਰਨਾ ਹੈ ਯਾਦ ਰੱਖਣਾ ਇੰਟਰਨਲ ਸਟੋਰੇਜ ਦੇ ਵਿੱਚ ਮੈਂ ਕੋਈ ਇੱਕ ਜਿੱਦਾਂ ਆਪਣਾ ਕੋਈ ਫੋਲਡਰ ਲਵਾਵਾਂਗਾ ਸਪੋਜ਼ ਕਰੋ ਮੈਂ ਡਾਊਨਲੋਡਸ ਵਿੱਚ ਜਾਣਾ ਹੈ ਐਫ ਫੋਲਡਰ ਦੇ ਵਿੱਚ ਜਾਣਾ ਇਹਦੇ ਵਿੱਚ ਮੈਂ సేవ్ ਕਰ ਦੇਣਾ ਦੇਖੋ ਯੂਜ਼ ਐਸ ਫੋਲਡਰ ਇਹਨੂੰ ਮੈਂ ਹ ਲੋ ਕਰਕੇ సేవ్ ਕਰਤੀ ਇਹ ਫਾਈਲ ਹੋ ਗਈ సేవ్ ਹੁਣ ਮੈਨੂੰ ਇਹ ਫਾਈਲ ਕਿੱਥੇ ਮਿਲੂਗੀ ਇਹ ਫਾਈਲ ਮੇਰੀ ਹੋਏਗੀ ਫਾਈਲ ਮੈਨੇਜਰ ਦੇ ਵਿੱਚ ਪਈ ਫਾਈਲ ਮੈਨੇਜਰ ਵਿੱਚ ਜਾ ਕੇ ਮੇਰੀ ਫੋਨ ਫੋਨ ਸਟੋਰੇਜ ਉਹਦੇ ਵਿੱਚ ਡਾਊਨਲੋਡਸ ਵਿੱਚ ਉਹਦੇ ਵਿੱਚ ਐਫ ਨਾਮ ਦਾ ਫੋਲਡਰ ਉਹਦੇ ਵਿੱਚ ਤੁਸੀਂ ਇਹ ڈیٹ ਦੇਖ ਲੈਣੀ ਹੈ 24 ਤਰੀਕ ਦੇ ਵਿੱਚ ਜਿਹੜੀ ਮੈਂ ਫਾਈਲ ਜਿਹੜੀ ਸੇਵ ਕੀਤੀ ਆ ਠੀਕ ਹੈ ਆ ਦੇਖੋ ਫਾਈਲ ਆ ਚੁੱਕੀ ਹੈ ਹੋ ਗਈ ਨਾ ਇਹ ਜਿਹੜੀ ਤੁਸੀਂ ਉਸ ਨੂੰ ਚਾੜ ਸਕਦੇ ਹੋ ਆਪਣੀ ਆਈਡੀ ਵਿੱਚ ਜਾ ਕੇ ਅਪਲੋਡ ਦੀ ਕੱਲ ਦੱਸਿਆ ਸੀਗਾ অপਸ਼ਨ ਜਿੱਥੇ ਹੁੰਦੀ ਹੈ ਉੱਤੇ ਕਲਿੱਕ ਕਰਕੇ ਜਿਹੜੀ ਫਾਈਲ ਤੁਸੀਂ ਉਸਤੇ ਚਾੜ ਦੇਣੀ ਹੈ ਪੀਡੀਐਫ ਡੋਕ ਸਕੈਨਰ ਦੇ ਵਿੱਚ ਬੰਦਦੀ ਆ ਓਕੇ ਇਹ ਚੀਜ਼ ਤੁਸੀਂ ਯਾਦ ਰੱਖਣੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਸੀਂ ਦੇਖ ਕੇ ਬਾਕੀ ਦੇ ਜੋ ਜੈਮ ਵਿੱਚ ਪੁਆਇੰਟਸ ਹੁੰਦੇ ਆ ਉਹ ਦੇਖ ਸਕੋ ਥੈਂਕ ਯੂ ਸੋ ਮਚ